ਬਾਲੀਵੁੱਡ ਫਿਲਮਾਂ ਵਾਂਗ ਪੰਜਾਬੀ ਫਿਲਮਾਂ ਦੀ ਵੀ ਪੂਰੀ ਚੜ੍ਹਾਈ ਹੈ। ਪੰਜਾਬੀ ਫਿਲਮਾਂ ਦੇ ਵਾਧੇ ਕਾਰੋਬਾਰ ਵਿੱਚ ਇੱਕ ਹੋਰ ਪੰਜਾਬੀ ਫਿਲਮ ਮੇਰਾ ਵਿਆਹ ਕਰਾ ਦੋ ਦਾ ਨਾਮ ਜੁੜ ਗਿਆ ਹੈ। ਮੈਂਡੀ ਦੱਖਣ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਹੈ। ਦੱਸਣਯੋਗ ਹੈ ਕਿ ਮੇਰਾ ਵਿਆਹ ਕਰਾ ਦੋ ਟਾਈਟਲ ਹੇਠ ਬਣ ਰਹੀ ਇਸ ਫਿਲਮ 'ਚ ਲੀਡ ਰੋਲ 'ਚ ਮੈਂਡੀ ਤੱਖੜ ਤੇ ਦਿਲਪ੍ਰੀਤ ਢਿੱਲੋਂ ਨਜ਼ਰ ਆਉਣਗੇ। ਮੇਰਾ ਵਿਆਹ ਕਰਾ ਦੋ ਫਿਲਮ ਦਾ ਨਿਰਦੇਸ਼ਨ ਸੁਨੀਲ ਗੋਸਲਾ ਕਰ ਰਹੇ ਹਨ। ਰਾਜੂ ਚੱਡਾ, ਰਾਹੁਲ ਮਿੱਤਰਾ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਰਾਜੂ ਚੱਡਾ ਦੀ ਪੇਸ਼ਕਸ਼ ਵਾਲੀ ਮੇਰਾ ਵਿਆਹ ਕਰਾ ਦੋ ਅਗਲੇ ਸਾਲ ਦਰਸ਼ਕਾਂ ਦੇ ਰੂਬਰੂ ਹੋਵੇਗੀ। ਦੋਸਤੋ, ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਕਰੋ। ਧੰਨਵਾਦ।